ਵੀ ਸੀਐਮ ਸਾਹਿਬ ਜਿੱਦਾਂ ਸਾਨੂੰ ਉਹਨਾਂ ਨੇ ਵਾਅਦਾ ਕੀਤਾ ਵੀ ਕ੍ਰਿਸਮਿਸ ਜਿਹੜਾ ਗੁਰਦਾਸਪੁਰ ਹਲਕੇ ਦੇ ਵਿੱਚ ਮਨਾਇਆ ਜਾਏਗਾ। ਮੈਂ ਸੀਐਮ ਸਾਹਿਬ ਦਾ ਮੈਸੇਜ ਦੇਣਾ ਚਾਹੁੰਦਾ ਵਾਂ ਕਿ ਦਸੰਬਰ ਦੇ ਮਹੀਨੇ 'ਚ ਜ਼ਿਲ੍ਹੇ ਗੁਰਦਾਸਪੁਰ ਦੇ ਵਿੱਚ ਸਟੇਟ ਲੈਵਲ ਦਾ ਸਰਕਾਰੀ ਪੱਧਰ ਦਾ ਫੰਕਸ਼ਨ ਜਿਹੜਾ ਕ੍ਰਿਸਮਿਸ ਦਾ ਉਹ ਇੱਥੇ ਜਿਹੜਾ ਵਾ ਜ਼ਿਲ੍ਹੇ ਗੁਰਦਾਸਪੁਰ 'ਚੋਂ ਕੀਤਾ ਜਾਵੇ। ਮੈਂ ਇਸ ਤੋਂ ਪਹਿਲਾਂ ਪੋਸਟਰ ਨੂਰਲਾ ਜੀ ਕੋਲ ਆਸ਼ੀਰਵਾਦ ਲੈਣ ਗਿਆ ਸੀਗਾ, ਉਹਨਾਂ ਮੈਨੂੰ ਆਸ਼ੀਰਵਾਦ ਦਿੱਤਾ। ਜਿਹੜੇ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਅੰਕੁਰ ਨੂਰਲਾ ਮ੍ਰਿਸ਼ੀ ਖਾਮਰਾ ਚਰਚ ਦੀ ਬਹੁਤ ਵੱਡੀ ਬ੍ਰਾਂਚ ਖੋਲ ਦਿੱਤੀ ਗਈ ਆ। ਕੱਲ੍ਹ ਵਾਲੀ ਮੀਟਿੰਗ ਆ, ਤੁਹਾਡੇ ਤਾਂ ਕਮਾਂਡ ਹੋਈ ਆ, ਤੁਸੀਂ ਤਾਂ ਕਰਾਨੋਰ ਦੇ ਕਰਾਨੋਰ 'ਚ ਹੀ ਹੋਈ ਆ, ਕਿੰਨਾ ਕ੍ਰਿਸਚਨ ਭਾਈਚਾਰਾ ਸੀਗਾ ਔਰ ਪੂਰਾ ਮਸੀਹ ਭਾਈਚਾਰਾ ਇਹਨਾਂ ਦੇ ਨਾਲ ਆ। ਅੱਜ ਇਹਨਾਂ ਦੇ ਨਤਮਸਤਕ ਹੋਏ ਨੇ ਇੱਥੇ ਬ੍ਰਾਂਚ ਦੇ ਵਿੱਚ। ਅੱਜ ਪਹਿਲਾ ਦਿਨ ਆ ਚਰਚ ਦਾ, ਅਤੇ ਸੰਯੋਗ ਹੀ ਆ ਕਿ ਵੋਟਿੰਗ ਮਸ਼ੀਨ ਦੇ ਉੱਪਰ ਸਾਡਾ ਨੰਬਰ ਵੀ ਪਹਿਲਾ ਹੈ। ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ। ਸੋ ਮੈਂ ਪਰਮੇਸ਼ਵਰ ਦਾ ਬਹੁਤ ਬਹੁਤ ਪਹਿਲਾਂ ਧੰਨਵਾਦ ਕਰਦਾ ਵੀ ਅੱਜ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਅੰਕੁਰ ਨੂਰਲਾ ਮ੍ਰਿਸ਼ੀ ਖਾਮਰਾ ਚਰਚ ਦੀ ਬਹੁਤ ਵੱਡੀ ਬ੍ਰਾਂਚ ਖੋਲ੍ਹ ਦਿੱਤੀ ਗਈ ਆ। ਔਰ ਸਾਡੇ ਵਿੱਚ ਸਾਡੇ ਮੰਤਰੀ ਸਾਹਿਬ ETO ਸਾਹਿਬ ਆਏ ਨੇ, ਸਾਡੇ ਜਗਰੂਪ ਸੇਖਵਾਂ ਜੀ ਆਏ ਨੇ, ਸਾਡੇ ਇਸ ਹਲਕੇ ਜਿਹੜੇ ਇਲੈਕਸ਼ਨ ਦੇ ਇੰਚਾਰਜ ਜਿਹੜੇ ਨੇ, ਜੋ MLA ਦੀ ਇਲੈਕਸ਼ਨ ਲੜ ਰਹੇ ਨੇ, ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ ਆਏ ਨੇ, ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਔਰ ਪੂਰਾ ਮਸੀਹ ਭਾਈਚਾਰਾ ਇਹਨਾਂ ਦੇ ਨਾਲ ਆ। ਅੱਜ ਇਹਨਾਂ ਦੇ ਨਤਮਸਤਕ ਹੋਏ ਨੇ ਇੱਥੇ ਬ੍ਰਾਂਚ ਦੇ ਵਿੱਚ, ਪੂਰੇ ਮਸੀਹ ਭਾਈਚਾਰੇ ਨੇ ਇਹਨਾਂ ਲਈ ਪ੍ਰਾਰਥਨਾ ਕੀਤੀ ਆ, ਇਹਨਾਂ ਦੇ ਪਰਿਵਾਰ ਲਈ ਪ੍ਰਾਰਥਨਾ ਕੀਤੀ ਔਰ ਇਹਨਾਂ ਦੀ ਜਿੱਤ ਲਈ ਪ੍ਰਾਰਥਨਾ ਕੀਤੀ ਆ। ਔਰ ਅਸੀਂ ਆਸ ਕਰਦੇ ਹਾਂ ਵੀ ਸੀਐਮ ਸਾਹਿਬ ਜਿੱਦਾਂ ਸਾਨੂੰ ਉਹਨਾਂ ਨੇ ਵਾਅਦਾ ਕੀਤਾ ਵੀ ਕ੍ਰਿਸਮਿਸ ਜਿਹੜਾ ਗੁਰਦਾਸਪੁਰ ਹਲਕੇ ਦੇ ਵਿੱਚ ਮਨਾਇਆ ਜਾਏਗਾ, ਕਿਉਂਕਿ ਗੁਰਦਾਸਪੁਰ ਹਲਕੇ 'ਚ ਬਹੁਤ ਵੱਡੀ ਗਿਣਤੀ 'ਚ ਮਸੀਹ ਭਾਈਚਾਰਾ ਵਾਸ ਕਰਦਾ ਔਰ ਮਸੀਹ ਭਾਈਚਾਰਾ ਇਸ ਗੱਲ ਤੋਂ ਬਹੁਤ ਖੁਸ਼ ਆ ਔਰ ਆਮ ਆਦਮੀ ਪਾਰਟੀ ਦੇ ਨਾਲ ਆ। ਧੰਨਵਾਦ। ਸੋ ਸਾਡੀ ਬੈਠ ਕੇ ਸਾਰੇ ਮੰਤਰੀ ਸਾਹਿਬਾਨਾਂ ਦੀ ਮੀਟਿੰਗ ਹੋਈ ਆ ਸੀਐਮ ਸਾਹਿਬ ਦੇ ਨਾਲ, ਉਸ ਮੀਟਿੰਗ 'ਚ ਮੈਂ ਵੀ ਬੈਠਾ ਸਾਂ। ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਵਾ ਵੀ ਪੰਜਾਬ ਦੇ ਵਿੱਚ ਮਸੀਹ ਭਾਈਚਾਰੇ ਨੂੰ ਕਿਤੇ ਵੀ ਕੋਈ ਪ੍ਰੋਬਲਮ ਨਹੀਂ ਆਊਗੀ ਔਰ ਤੁਹਾਡੇ ਕੰਮ ਜਿਹੜੇ ਆ ਪਹਿਲ ਦੀ ਆਧਾਰ 'ਤੇ ਕੀਤੇ ਜਾਣਗੇ। ਸੋ ਮਸੀਹ ਭਾਈਚਾਰਾ ਇਸ ਗੱਲ ਨੂੰ ਲੈ ਕੇ ਖੁਸ਼ ਆ। ਮੈਂ ਸਾਰਿਆਂ ਦਾ ਧੰਨਵਾਦ ਕਰਦਾ, ਸਾਰਿਆਂ ਮੇਰੇ ਵੱਲੋਂ ਜੈਮਸੀ ਦੀ। ਮੈਂ ਅੱਜ ਸਭ ਤੋਂ ਪਹਿਲਾਂ ਤਾਂ ਪਾਸਟਰ ਅੰਕੁਰ ਨੂਰਲਾ ਜੀ ਦੀ ਮਿਨਿਸਟਰੀ ਨੂੰ ਗੌਰਵ ਜੀ ਨਾਲ ਬੈਠੇ ਨੇ, ਇਹਨਾਂ ਨੂੰ ਵਧਾਈ ਦਿੰਦਾ ਕਿ ਅੱਜ ਡੇਰਾ ਬਾਬਾ ਨਾਨਕ ਦੀ ਧਰਤੀ 'ਤੇ ਇੱਕ ਨਵੇਂ ਚਰਚ ਦੀ ਜਿਹੜੀ ਆ ਇਹ ਮੈਗਾ ਓਪਨਿੰਗ ਹੋਈ ਆ। ਹਜ਼ਾਰਾਂ ਦੀ ਤਦਾਦ 'ਤੇ ਜਿਹੜੀ ਆ ਮਸੀਹ ਕਲੀਸੀਆ ਅੱਜ ਇੱਥੇ ਹਾਜ਼ਰ ਸੀ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀ ਅੱਜ ਇਹਨਾਂ ਨੇ ਓਪਨਲੀ ਜਿਹੜੀ ਸਪੋਰਟ ਆ ਉਹ ਆਮ ਆਦਮੀ ਪਾਰਟੀ ਨੂੰ ਕਰ ਦਿੱਤੀ ਆ ਔਰ ਮੈਂ ਇਹਨਾਂ ਦਾ ਧੰਨਵਾਦ ਕਰਦਾ ਔਰ ਮੈਨੂੰ ਪੂਰਾ ਯਕੀਨ ਆ ਕਿ ਮਸੀਹ ਭਾਈਚਾਰਾ ਜਿਹੜਾ ਵਾ ਡੇਰਾ ਬਾਬਾ ਦੀ ਨਾਨਕ ਦੀ ਇਲੈਕਸ਼ਨ ਦੇ ਵਿੱਚ ਇੱਕ ਰਹਿਮ ਰੋਲ ਅਦਾ ਕਰੂਗਾ ਔਰ ਆਮ ਆਦਮੀ ਪਾਰਟੀ ਦੀ ਜਿੱਤ ਜਿਹੜੀ ਆ ਸਰਦਾਰ ਗੁਰਦੀਪ ਸਿੰਘ ਜੀ ਰੰਧਾਵਾ ਜੀ ਦੀ ਜਿੱਤ ਜਿਹੜੀ ਆ ਉਹਨੂੰ ਯਕੀਨੀ ਬਣਾਇਆ ਜਾਵੇਗਾ। ਔਰ ਇੱਕ ਹੋਰ ਮੈਂ ਇੰਪੋਰਟੈਂਟ ਅੱਜ ਅਨਾਊਂਸਮੈਂਟ ਜਿਹੜੀ ਆ, ਮੰਤਰੀ ਸਾਹਿਬ ਵੀ ਬੈਠੇ ਨੇ, ਮੈਂ ਸੀਐਮ ਸਾਹਿਬ ਦਾ ਮੈਸੇਜ ਦੇਣਾ ਚਾਹੁੰਦਾ ਵਾਂ ਕਿ ਦਸੰਬਰ ਦੇ ਮਹੀਨੇ 'ਚ ਜ਼ਿਲ੍ਹੇ ਗੁਰਦਾਸਪੁਰ ਦੇ ਵਿੱਚ ਸਟੇਟ ਲੈਵਲ ਦਾ ਸਰਕਾਰੀ ਪੱਧਰ ਦਾ ਫੰਕਸ਼ਨ ਜਿਹੜਾ ਕ੍ਰਿਸਮਸ ਦਾ ਉਹ ਇੱਥੇ ਜਿਹੜਾ ਵਾ ਜ਼ਿਲ੍ਹੇ ਗੁਰਦਾਸਪੁਰ 'ਚੋਂ ਕੀਤਾ ਜਾਵੇ। ਦੇਖੋ ਇਹ ਮੀਟਿੰਗ ਨੇ ਇੱਕ ਪੋਸਲ ਅੰਕਰ ਨੂਰਲਾ ਜੀ ਖਾਪੜਾ ਚਰਚ ਜਿਹੜੇ ਉੱਥੇ ਉਹਨਾਂ ਦੇ ਸੀਗੇ, ਉਹਨਾਂ ਨੇ ਅੱਜ ਆਪਣੀ ਇੱਕ ਬ੍ਰਾਂਚ ਡੇਰਾ ਬਾਬਾ ਨਾਨਕ ਦੀ ਧਰਤੀ 'ਤੇ ਖੋਲ੍ਹੀ ਆ, ਜਿਹੜੀ ਲਗਭਗ 5 ਏਕੜ 'ਚ ਖੋਲ੍ਹੀ ਗਈ ਆ। ਮੈਂ ਇਸ ਤੋਂ ਪਹਿਲਾਂ ਪੋਸਟਰ ਨੂਰਲਾ ਜੀ ਕੋਲ ਆਸ਼ੀਰਵਾਦ ਲੈਣ ਗਿਆ ਸੀਗਾ, ਉਹਨਾਂ ਮੈਨੂੰ ਆਸ਼ੀਰਵਾਦ ਦਿੱਤਾ, ਪ੍ਰਭੂ ਜਸੂ ਮਸੀਹ ਦੇ ਚਰਨਾਂ 'ਚ ਮੇਰੇ ਲਈ ਪ੍ਰੇਅਰ ਕੀਤੀ ਔਰ ਮੇਰੀ ਜਿੱਤ ਦੀ ਅਰਦਾਸ ਕੀਤੀ ਉਹਨਾਂ ਉੱਥੇ। ਉਹਨਾਂ ਇੱਕ ਮੈਨੂੰ ਇਹ ਵੀ ਕਿਹਾ ਕਿ ਇਸ ਐਤਵਾਰ ਵਾਲੇ ਦਿਨ, ਅੱਜ ਦੇ ਐਤਵਾਰ ਵਾਲੇ ਦਿਨ ਇੱਕ ਉੱਥੇ ਆਪਣੀ ਬ੍ਰਾਂਚ ਖੁੱਲ੍ਹ ਰਹੀ ਆ, ਤੁਸੀਂ ਉਸ ਬ੍ਰਾਂਚ 'ਚ ਜਾਣਾ, ਉੱਥੇ ਜਿਹੜੇ ਸਾਨੂੰ ਪਿਆਰ ਕਰਨ ਵਾਲੇ ਲੋਕ ਨੇ ਉਹ ਆਉਣਗੇ ਡੇਰਾ ਬਾਬਾ ਨਾਨਕ ਦੇ, ਅਤੇ ਮੈਂ ਉੱਥੇ 3-4 ਲੱਖ ਦੀ ਸੰਗਤ ਹੁੰਦੀ ਹੈ ਐਤਵਾਰ,
ਖਾਬੜਾ ਚਰਚ 'ਚ ਤੁਸੀਂ ਦੇਖਿਆ ਸੀਟੀਆਂ ਲੱਗੀਆਂ। ਉਹਨਾਂ ਕਿਹਾ ਕਿ ਮੈਂ ਇੱਥੋਂ ਲਾਈਵ ਹੋ ਕੇ ਅਤੇ ਤੁਹਾਡੀ ਡੇਰਾ ਬਾਬਾ ਨਾਨਕ ਦੀ ਇਲੈਕਸ਼ਨ ਬਾਰੇ ਸਾਰੇ ਮਸੀਹ ਭਾਈਚਾਰੇ ਨੂੰ ਅਪੀਲ ਕਰਦਾਂਗਾ ਕਿ ਇਸ ਵਾਰੀ ਆਮ ਆਦਮੀ ਪਾਰਟੀ ਦੀ ਮਦਦ ਕਰਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਓ। ਤੁਸੀਂ ਸਕਰੀਨ 'ਤੇ ਦੇਖ ਹੀ ਲਿਆ ਕਿ ਉਹਨਾਂ ਅਨਾਊਂਸ ਹੀ ਕਰ ਦਿੱਤਾ ਉੱਥੋਂ ਕਿ ਆਮ ਆਦਮੀ ਪਾਰਟੀ ਨੂੰ ਇੱਕ ਇੱਕ ਵੋਟ ਜਿਹੜੀ ਆਪਣੇ ਸਾਰੇ ਭਾਈਚਾਰਿਆਂ ਦੇ ਖਾਤਾਂ 'ਤੇ ਪਾਉਣੀ। ਅਕਾਲੀ ਦਲ ਵੱਲੋਂ ਵੀ ਕਿਹਾ ਗਿਆ ਵੀ ਜਿਹੜੀ ਉਹ ਸਮਰਥਨ ਆਪ ਨੂੰ ਦੇਣਗੇ, ਕਿਸ ਤਰ੍ਹਾਂ ਦੇ? ਦੇਖੋ ਜੀ, ਅੱਜ ਮੇਰੇ ਵਾਸਤੇ ਬੜਾ ਖੁਸ਼ੀਆਂ ਭਰਾ ਦੇਣ ਹੈ ਕਿ ਅੱਜ ਅਕਾਲੀ ਦਲ ਜਿਹੜਾ ਸਰਦਾਰ ਸੁੱਚਾ ਸਿੰਘ ਲਗਾ ਜੀ, ਉਹਨਾਂ ਨੇ ਅੱਜ ਵੀ ਡੇਰਾ ਬਾਬਾ ਨਾਨਕ 'ਚ ਇੱਕ 31 ਮੈਂਬਰੀ ਕਮੇਟੀ ਬਣਾਈ ਸੀ। ਉਹ 31 ਮੈਂਬਰੀ ਕਮੇਟੀ ਨੇ ਇੱਕ ਫੈਸਲਾ ਕਰ ਲਿਆ ਅੱਜ ਕਿ ਸਾਰਿਆਂ ਨੂੰ ਖੁੱਲ੍ਹ ਕੇ ਉਹਨਾਂ ਆਦੇਸ਼ ਦੇ ਦਿੱਤਾ ਕਿ ਖੁੱਲ੍ਹ ਕੇ ਆਮ ਆਦਮੀ ਪਾਰਟੀ ਦੀ ਮਦਦ ਕਰੋ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਵਾਰ ਜਿਹੜਾ ਪਿੰਡਾਂ 'ਚ ਠੀਕ ਨਹੀਂ ਪੈ ਰਹੇ ਜਿਹੜੇ ਨੇ, ਉਹ ਅਕਾਲੀ ਦਲ ਵਾਲੇ ਲਾਉਣ ਲੱਗੇ ਨੇ ਮੇਰੇ ਕਾਈ। ਇਸ ਕਰਕੇ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਦੇਖੋ ਜੀ, ਆਮ ਆਦਮੀ ਪਾਰਟੀ ਨੇ ਜਿਹੜੀ 2022 'ਚ ਹਨੇਰੀ ਝੁੱਲੀ ਸੀਗੀ ਆਮ ਆਦਮੀ ਪਾਰਟੀ ਲਈ, ਉਹ ਦੁਬਾਰਾ ਜਿਹੜੀ ਆ ਡੇਰਾ ਬਾਬਾ ਨਾਨਕ ਜਹਾਜ ਹਨੇਰੀ ਝੁੱਲ ਰਹੀ ਆ। ਔਰ ਇਹ ਹਨੇਰੀ ਨੇ 2027 'ਚ ਜਿਹੜੀ ਦੁਬਾਰਾ ਰਿਪੀਟ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰਨੀ। ਭਾਈ ਦੇ ਸਫ਼ਰ ਤੋਂ ਲੈ ਕੇ ਹੁਣ ਤੱਕ ਦਾ ਕਿਸ ਤਰ੍ਹਾਂ ਲੱਗਦਾ? ਬਹੁਤ ਵਧੀਆ ਸਫ਼ਰ ਆ ਜੀ, ਮੇਰੇ ਸਫ਼ਰ ਨੂੰ ਤੁਸੀਂ ਦੇਖ ਹੀ ਲਿਆ। ਅੱਜ ਕਿਰਪਾ ਉਸ ਅਕਾਲ ਪੁਰਖ ਦੀ ਆ, ਪਰਮਾਤਮਾ ਦੀ ਕਿਰਪਾ ਹੋ ਰਹੀ ਆ। ਲੋਕ, ਮੈਂ ਜਿੱਥੇ ਵੀ ਜਾ ਰਿਹਾ, ਜਿਹੜੇ ਵੀ ਸੰਤ ਸਮਾਜ 'ਚ ਜਾ ਰਿਹਾ, ਚਾਹੇ ਕ੍ਰਿਸਚਨ ਭਾਈਚਾਰੇ ਦਾ ਸੰਤ ਸਮਾਜ ਹੋਵੇ, ਸਿੱਖਾਂ ਦਾ ਹੋਵੇ, ਹਿੰਦੂਆਂ ਦਾ ਹੋਵੇ, ਸਾਰਿਆਂ ਮੈਨੂੰ ਸਮਾਜਾਂ ਜਿਹੜਾ ਸੰਤ ਸਮਾਜ ਆ, ਸਾਰਿਆਂ ਨੇ ਮੈਨੂੰ ਆਸ਼ੀਰਵਾਦ ਦਿੱਤਾ ਔਰ ਮੇਰੀ ਜਿੱਤ ਲਈ ਸਾਰਿਆਂ ਨੇ ਪ੍ਰਾਰਥਨਾ ਕੀਤੀ। ਜਿਹੜੀ ਕੱਲ੍ਹ ਵਾਲੀ ਮੀਟਿੰਗ ਆ, ਤੁਹਾਡੇ ਤਾਂ ਗੁਆਂਢ ਹੋਈ ਆ, ਤੁਸੀਂ ਤਾਂ ਕਲਾਨੌਰ ਦੇ ਕਲਾਨੌਰ 'ਚ ਹੀ ਹੋਈ ਆ। ਕਿੰਨਾ ਕ੍ਰਿਸਚਨ ਭਾਈਚਾਰਾ ਸੀਗਾ ਜ਼ਿਆਦਾ ਉੱਥੇ, ਸਾਰੇ ਨਰੋਲ ਜ਼ਿਮੀਦਾਰ ਵੀ ਗਏ, ਈਸਾਈ ਵੀ ਗਏ, ਹਿੰਦੂ ਵੀ ਗਏ, ਸਾਰੇ ਭਾਈਚਾਰੇ ਦੇ ਲੋਕ ਉਹਨਾਂ ਇਕੱਠਾ ਕਰਕੇ ਤਾਂ ਲੋਕਾਂ ਨੂੰ ਇੱਕ ਮੈਸੇਜ ਕੀਤਾ ਕਿ ਕ੍ਰਿਸਚਨ ਭਾਈਚਾਰੇ ਦੀ ਸਭ ਲੋਕ ਪਛਾਣਦੇ ਨੇ, ਦੇਖਦੇ ਨੇ, ਝੂਠ ਬਹੁਤਾ ਚਿਰ ਚੱਲਣਾ ਨਹੀਂ। ਜੇ ਕ੍ਰਿਸਚਨ ਕਮਿਊਨਿਟੀ ਦੇਖਣੀ ਹੈ ਤਾਂ ਅੱਜ ਦੇਖੋ ਆਪਣੇ ਚੈਨਲਾਂ 'ਤੇ। ਡੇਰਾ ਬਾਬਾ ਨਾਨਕ ਦੇ ਵਿੱਚ ਖੇਠਰ ਕੇ ਪਿੰਡ ਦੇ ਵਿੱਚ ਨਵੀਂ ਚਰਚ ਜਿਹੜੀ ਆ ਉਹਦਾ ਉਦਘਾਟਨ ਕੀਤਾ ਗਿਆ। ਆਤਮਕ ਵਿਕਾਸ ਅੰਕਰ ਨਰੂਲਾ ਜੀ ਨੇ ਮਤਲਬ ਇਹਦੀ ਅੱਜ ਓਪਨਿੰਗ ਕੀਤੀ ਆ। ਉਹ ਜਲੰਧਰ 'ਚ ਨੇ, ਸਾਡੇ ਜਤਿੰਦਰ ਗੌਰਵ ਜੀ ਸਪੈਸ਼ਲ ਤੌਰ 'ਤੇ ਇੱਥੇ ਪਹੁੰਚੇ ਨੇ। ਪਿਛਲੇ ਦਿਨੀ ਸਾਡੇ ਉਮੀਦਵਾਰ ਸਰਦਾਰ ਬਲਜੀਤ ਸਿੰਘ ਰੰਧਾਵਾ ਸਾਹਿਬ ਨਰੂਲਾ ਸਾਹਿਬ ਨੂੰ ਮਿਲ ਗਏ ਸੀਗੇ ਔਰ ਉਹਨਾਂ ਨੇ ਪ੍ਰਾਰਥਨਾ ਕਰਕੇ ਇਹਨਾਂ ਦੇ ਸਿਰ ਦੇ ਉੱਤੇ ਆਸ਼ੀਰਵਾਦ ਦਿੱਤਾ ਸੀਗਾ ਕਿ ਇਸ ਵਾਰ ਉਹ ਆਮ ਆਦਮੀ ਪਾਰਟੀ ਨੂੰ ਜਿਹੜਾ ਆ ਉਹ ਜਿੱਤਣ ਦਾ ਆਸ਼ੀਰਵਾਦ ਦਿੰਦੇ ਨੇ। ਦੇਖੋ, ਅੱਜ ਜਿੰਨੀ ਇੱਥੇ ਗੈਦਰਿੰਗ ਹੋਈ ਆ, ਅੱਜ ਪਹਿਲਾ ਦਿਨ ਆ ਚਰਚ ਦਾ, ਅਤੇ ਸੰਯੋਗ ਹੀ ਆ ਕਿ ਵੋਟਿੰਗ ਮਸ਼ੀਨ ਦੇ ਉੱਪਰ ਸਾਡਾ ਨੰਬਰ ਵੀ ਪਹਿਲਾ ਹੈ। ਸੋ ਅੱਜ ਪਹਿਲਾ ਦਿਨ ਆ, ਸੋ ਇਹ ਸੰਯੋਗ ਜਿਹੜਾ ਇਹ ਬਹੁਤ 23 ਤਰੀਕ ਨੂੰ ਇਹਦਾ ਜਿਹੜਾ ਨਤੀਜਾ ਹੈ ਉਹ ਸਾਹਮਣੇ ਆਊਗਾ। ਔਰ ਬਹੁਤ ਵੱਡੇ ਮਾਰਜਨ ਦੇ ਨਾਲ ਸਾਡੇ ਉਮੀਦਵਾਰ ਸਰਦਾਰ ਗੁਰਦੀਪ ਸਿੰਘ ਰੰਧਾਵਾ ਸਾਹਿਬ ਇਹ ਡੇਰਾ ਬਾਬਾ ਨਾਨਕ ਹਲਕੇ ਦੀ ਸੀਟ ਜਿਹੜੀ ਆ ਉਹ ਜਿੱਤ ਕੇ ਅਤੇ ਵਿਧਾਨ ਸਭਾ ਦੇ ਵਿੱਚ ਇਸ ਹਲਕੇ ਨੂੰ ਜਿਹੜੀ ਆ ਉਹਦੀ ਨੁਮਾਇੰਦਗੀ ਕਰ